ਵਿਆਹ ਤੇ ਜਾ ਰਹੇ ਪੂਰੇ ਪਰਿਵਾਰ ਦਾ ਰਸਤੇ ਦੇ ਵਿੱਚ ਭਿਆਨਕ ਸੜਕੀ ਹਾਦਸਾ ਹੋਇਆ। ਦੱਸਦੇ ਕਿ ਕਰੂਜ਼ਰ ਅਤੇ ਟਰਾਲੇ ਦੀ ਭਿਆਨਕ ਟੱਕਰ ਹੋਈ, ਜਿਸ ਦੇ ਨਾਲ ਕਰੂਜ਼ਰ ਖੇਤ ਵਿੱਚ ਜਾ ਪਲਟੀ। ਇਸ ਦੇ ਵਿੱਚ ਕੋਹੀ ਪਰਿਵਾਰ ਦੇ 12 ਲੋਕ ਸਨ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਕਰੂਜ਼ਰ ਅਤੇ ਟਰਾਲੇ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋਈ। ਕਰੂਜ਼ਰ ਦੇ ਵਿੱਚ ਬੈਠਾ ਸਾਰਾ ਪਰਿਵਾਰ ਵਿਆਹ ਸਮਾਗਮ ਤੇ ਜਾ ਰਿਹਾ ਸੀ। ਰਸਤੇ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ। ਇਹ ਤਸਵੀਰਾਂ ਦਾਦਰੀ ਲੋਹਾਰੂ ਰੋਡ ਤੇ ਸਥਿਤ ਬਿਰਹੀ ਕਲਾ ਦੇ ਸਮੀਪ ਦੀਆਂ ਨੇ। ਹਾਦਸੇ ਮੌਕੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕੁਝ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਉਹਨਾਂ ਨੂੰ ਰੋਹਤਕ ਦੀ PGI ਦੇ ਵਿੱਚ ਰੈਫਰ ਕੀਤਾ ਗਿਆ ਔਰ ਮੌਕੇ ਤੇ ਪੁੱਜੀ ਪੁਲਿਸ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਔਰ ਦੋਵੇਂ ਵਾਹਨਾਂ ਨੂੰ ਜ਼ਬਤ ਕੀਤਾ। ਦੱਸਦੀਏ ਕਿ ਕਰੂਜ਼ਰ ਦੇ ਵਿੱਚ ਇੱਕ ਪਰਿਵਾਰ ਵਿਆਹ ਤੇ ਜਾ ਰਿਹਾ ਸੀ। ਡਰਾਈਵਰ ਦੇ ਸਮੇਤ ਇਹ ਕਰੂਜ਼ਰ ਖੇਤ ਵਿੱਚ ਜਾ ਕੇ ਪਲਟੀ, ਕਿਉਂਕਿ ਸਾਹਮਣੇ ਤੋਂ ਟਰਾਲੇ ਨੇ ਜ਼ਬਰਦਸਤ ਟੱਕਰ ਮਾਰੀ। ਗੰਭੀਰ ਸੱਟਾਂ ਲੱਗੀਆਂ ਨੇ ਔਰ ਮੌਕੇ ਤੋਂ ਟਰਾਲੇ ਦਾ ਡਰਾਈਵਰ ਫਰਾਰ ਹੋ ਗਿਆ, ਜਿਸ ਦੀ ਭਾਲ ਵਾਸਤੇ ਪੁਲਿਸ ਦੇ ਵੱਲੋਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਤਾਂ ਤਸਵੀਰਾਂ ਦਾਦਰੀ ਲੋਹਾਰੂ ਰੋਡ ਦੀਆਂ ਨੇ, ਜਿੱਥੇ ਕਰੂਜ਼ਰ ਅਤੇ ਟਰਾਲੇ ਦਾ ਭਿਆਨਕ ਸੜਕੀ ਹਾਦਸਾ ਹੋਇਆ। सर, ये बिरी से पांडवान के बीच में एक ट्रक ट्राला वाला था, उसने एक शादी में जा रहे थे, 12 आदमी ड्राइवर समेत गुड़गांव कोई बात वगैरह में जा रहे थे और ये क्रूजर गाड़ी थी, लोहारू की साइड से आ रही थी। ट्रक था ये दादरी से लोहारू की तरफ जा रहा था। रास्ते में बिरी और पांडवान के बीच में उस ट्रक वाले ने इस क्रूजर गाड़ी वाले को फेंट मारी, वो गाड़ी पलटी खा गई। 2-3 मौके पर जा रहे हैं, घायल सभी 2-3 आदमी रोहतक रेफर हैं, बाकी यहीं दादरी हॉस्पिटल में एडमिट हैं। उनके बयान वगैरह लेके जैसे वो कार्रवाई होगी की जा रही है। गुड़ेड़ी से ऐसे क्या हो बात में जा रहे थे गुड़गांव और जितना अटेला तक आया था मेरे को बेरी से पार करना है आगे ट्रेला हो सर क्लोजर गाड़ी में फ्रॉम एक्सीडेंट होगी। अब सीधी टक्कर मारी है केक रहे हो वो तो भाई मत गलने तो गलने बैठे थे आगे एक ही परिवार के थे। हाँ जी, कासम कौन से गांव से? बुजेरी काशी को आया है? नहीं पता क्या नाम इधर किस कौन सी गाड़ी के साथ एक्सीडेंट हुआ ये भी नहीं पता। ਵਿਆਹ ਤੇ ਜਾ ਰਹੇ ਪੂਰੇ ਪਰਿਵਾਰ ਦਾ ਰਸਤੇ ਦੇ ਵਿੱਚ ਭਿਆਨਕ ਸੜਕੀ ਹਾਦਸਾ ਹੋਇਆ। ਦੱਸਦੇ ਕਿ ਕਰੂਜ਼ਰ ਅਤੇ ਟਰਾਲੇ ਦੀ ਭਿਆਨਕ ਟੱਕਰ ਹੋਈ, ਜਿਸ ਦੇ ਨਾਲ ਕਰੂਜ਼ਰ ਖੇਤ ਵਿੱਚ ਜਾ ਪਲਟੀ। ਇਸ ਦੇ ਵਿੱਚ ਕੋਹੀ ਪਰਿਵਾਰ ਦੇ 12 ਲੋਕ ਸਨ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਕਰੂਜ਼ਰ ਅਤੇ ਟਰਾਲੇ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋਈ। ਕਰੂਜ਼ਰ ਦੇ ਵਿੱਚ ਬੈਠਾ ਸਾਰਾ ਪਰਿਵਾਰ ਵਿਆਹ ਸਮਾਗਮ ਤੇ ਜਾ ਰਿਹਾ ਸੀ। ਰਸਤੇ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ। ਇਹ ਤਸਵੀਰਾਂ ਦਾਦਰੀ ਲੋਹਾਰੂ ਰੋਡ ਤੇ ਸਥਿਤ ਬਿਰਹੀ ਕਲਾ ਦੇ ਸਮੀਪ ਦੀਆਂ ਨੇ। ਹਾਦਸੇ ਮੌਕੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕੁਝ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਉਹਨਾਂ ਨੂੰ ਰੋਹਤਕ ਦੀ PGI ਦੇ ਵਿੱਚ ਰੈਫਰ ਕੀਤਾ ਗਿਆ ਔਰ ਮੌਕੇ ਤੇ ਪੁੱਜੀ ਪੁਲਿਸ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਔਰ ਦੋਵੇਂ ਵਾਹਨਾਂ ਨੂੰ ਜ਼ਬਤ ਕੀਤਾ। ਦੱਸਦੀਏ ਕਿ ਕਰੂਜ਼ਰ ਦੇ ਵਿੱਚ ਇੱਕ ਪਰਿਵਾਰ ਵਿਆਹ ਤੇ ਜਾ ਰਿਹਾ ਸੀ। ਡਰਾਈਵਰ ਦੇ ਸਮੇਤ ਇਹ ਕਰੂਜ਼ਰ ਖੇਤ ਵਿੱਚ ਜਾ ਕੇ ਪਲਟੀ, ਕਿਉਂਕਿ ਸਾਹਮਣੇ ਤੋਂ ਟਰਾਲੇ ਨੇ ਜ਼ਬਰਦਸਤ ਟੱਕਰ ਮਾਰੀ। ਗੰਭੀਰ ਸੱਟਾਂ ਲੱਗੀਆਂ ਨੇ ਔਰ ਮੌਕੇ ਤੋਂ ਟਰਾਲੇ ਦਾ ਡਰਾਈਵਰ ਫਰਾਰ ਹੋ ਗਿਆ, ਜਿਸ ਦੀ ਭਾਲ ਵਾਸਤੇ ਪੁਲਿਸ ਦੇ ਵੱਲੋਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਤਾਂ ਤਸਵੀਰਾਂ ਦਾਦਰੀ ਲੋਹਾਰੂ ਰੋਡ ਦੀਆਂ ਨੇ, ਜਿੱਥੇ ਕਰੂਜ਼ਰ ਅਤੇ ਟਰਾਲੇ ਦਾ ਭਿਆਨਕ ਸੜਕੀ ਹਾਦਸਾ ਹੋਇਆ। सर, ये बिरी से पांडवान के बीच में एक ट्रक ट्राला वाला था, उसने एक शादी में जा रहे थे, 12 आदमी ड्राइवर समेत गुड़गांव कोई बात वगैरह में जा रहे थे और ये क्रूजर गाड़ी थी, लोहारू की साइड से आ रही थी। ट्रक था ये दादरी से लोहारू की तरफ जा रहा था। रास्ते में बिरी और पांडवान के बीच में उस ट्रक वाले ने इस क्रूजर गाड़ी वाले को फेंट मारी, वो गाड़ी पलटी खा गई। 2-3 मौके पर जा रहे हैं, घायल सभी 2-3 आदमी रोहतक रेफर हैं, बाकी यहीं दादरी हॉस्पिटल में एडमिट हैं। उनके बयान वगैरह लेके जैसे वो कार्रवाई होगी की जा रही है। गुड़ेड़ी से ऐसे क्या हो बात में जा रहे थे गुड़गांव और
जितना अटेला तक आया था मेरे को बेरी से पार करना आगे ट्रेला और सर क्लोजर गाड़ी में फ्रम एक्सीडेंट होगी अब सीधी टक्कर मारी है केक रहे हो तो भाई मैं तो गलने थो गलने बैठे थे आगे एक ही परिवार के थे। हाँ जी कासम कौन से गांव से बुजेरी काशी को आया नहीं पता क्या नाम इधर कौन सी गाड़ी के साथ एक्सीडेंट हुआ ये भी नहीं पता।